ਛੇੜੇ ਦੋਨੇ ਆਪਸ ਵਿੱਚ ਹੀ ਤੁਹਾਡੇ ਅੱਖਾਂ ਵਿੱਚ ਉਥਰੂ ਆਏ ਸੀ ਪਿਆਰ ਦੇ ਸਰ ਆਏ ਸਰ ਜਦੋਂ ਇਹ ਸਾਰੀ ਆਪਦੀ ਇੱਥੇ ਫੈਮਿਲੀ ਨੂੰ ਛੱਡ ਕੇ ਗਈ ਇੱਕ ਵਾਰ ਨੀ ਰੋਈ ਜਦੋਂ ਮੈਨੂੰ ਉੱਥੇ ਛੱਡਿਆ ਵਾ 6 ਘੰਟੇ ਦਾ ਸਟੇ ਸੀ 6 ਘੰਟੇ ਮੈਨੂੰ ਕਿਸੇ ਦਾ ਮੋਬਾਈਲ ਜਾਂ ਵਾਈਫਾਈ ਆਨ ਕਰਕੇ ਮੈਨੂੰ ਮੈਸੇਜ ਆਉਂਦੇ ਰਹੇ ਵੀ ਮੈਨੂੰ ਹੁਣ ਰੋਣਾ ਆਉਂਦਿਆ ਵਾ ਸਾਰਾ ਕੁਝ ਸਰ ਵਧੀਆ ਸੀ ਵੀ ਕੋਈ ਜਦਕਿ ਦੁਬਈ ਦਾ ਏਅਰਪੋਰਟ ਜਿਹੜਾ ਸੀਗਾ ਉਹ ਇੰਨੇ ਇੱਥੋਂ ਆਏ ਸਾਰਾ ਭੱਜ ਗਿਆ ਦੋਸਤੀ ਪਾਈ ਹੈ ਤੇ ਦੋਸਤੀ ਨਿਭਾਈ ਵੀ ਨੀ ਹੈ ਤੇ ਉਹਨੂੰ ਵਿੱਚ ਡੋਬ ਦਿੱਤਾ ਹੈ ਔਰ ਸਾਰਾ ਦੁਬਈ ਜਿਹੜਾ ਉਹ ਪਾਣੀ ਨਾਲ ਭਿੱਜ ਗਿਆ ਜਿੱਥੇ ਬਾਰਿਸ਼ ਵੀ ਨੀ ਇਸੇ ਗੱਲ ਦੀ ਮੈਂ ਦੱਸਣਾ ਚਾਹੁੰਦਾ ਵਾ ਜਿੰਨਾ ਚਿਰ ਮੇਰੇ ਨਾਲ ਗੱਲ ਰਹੀ 2011 ਤੋਂ ਲੈ ਕੇ 2021 ਤੱਕ ਸਰ ਮੈਨੂੰ ਇੱਕ ਵਾਰ ਨੀ 15 ਦਿਨ 18 ਦਿਨ ਮੇਰੇ ਕੋਲ ਰਹੀ ਜਦੋਂ ਮੈਰਿਜ ਆਈ ਇੱਕ ਦਿਨ ਹੀ ਘਰਦਿਆਂ ਨੇ ਫੋਨ ਕਰਕੇ ਪੁੱਛਿਆ ਕਿੱਥੇ ਆ ਤੂੰ ਕੀ ਕਰਨ ਦਈ ਆ ਆਈਸੀ ਸੋ ਤੁਹਾਨੂੰ ਸੀ ਕਿ ਤੁਸੀਂ ਚਾਈਨੀਜ਼ ਪ੍ਰੋਡਕਟ ਹੋ ਚਾਈਨਾ ਮਾਰਕੀਟ ਗਾਰੰਟੀ ਨਹੀਂ ਅੱਜ ਕੱਲ ਦੀ ਸਮਾਨ ਲਾਓ ਤੇ ਦੂਜੇ ਟੁੱਟ ਜਾਂਦਾ ਤੇ ਇਸ ਤਰ੍ਹਾਂ ਦੇ ਕੰਮ ਯਾਰ ਅੱਜ ਤੁਸੀਂ ਕਹੋਗੇ ਦੂਜੇ ਟੁੱਟ ਜਾਂਦੇ ਨੇ ਹਾਂਜੀ ਹਾਂਜੀ ਹਰੇਕ ਗੱਲ ਤੇ ਇਹ ਕਿਹਾ ਵੀ ਮੇਰੀ ਫੈਮਿਲੀ ਨੀ ਮੇਰੇ ਯਾਰ ਹੋ ਸਕਦੀ ਕਦੀ ਵੀ ਇੱਕ ਹੀ ਇਨਸਾਨ ਦੁਨੀਆ ਚ ਸਮਝਦਾ ਜਿਹੜਾ ਉਹ ਮੈਨੂੰ ਤੂੰ ਆ ਤੈਨੂੰ ਇੰਨਾ ਪਿਆਰ ਕਰਦੀ ਸੀ ਇੰਨਾ ਪਿਆਰ ਕਰਦੀ ਫਿਰ ਇੱਥੇ ਸਪੈਸ਼ਲ ਆ ਕੇ ਕੈਨੇਡਾ ਸਾਰਾ ਕੁਝ ਆਪਦੇ ਕੋਲੋਂ ਮੈਂ ਨੀ ਕਿੰਨਾ ਵੀ ਮੈਂ ਖਰਚਾ ਲਾਇਆ ਆਪਦੇ ਕੋਲੋਂ ਟਿਕਟ ਲਾ ਕੇ ਸਾਰਾ ਕੁਝ ਕਰਕੇ ਆਈ ਹੈ ਇੱਥੇ ਮੇਰੇ ਕੋਲੇ ਠੀਕ ਆ ਮੈਰਿਜ ਕਰਾਈ ਹੈ ਜਾ ਕੇ ਮੇਰੇ ਪੇਪਰ ਵੀ ਲਾਏ ਆ 4 ਮੰਥ ਬਾਅਦ ਮੇਰੇ ਪੇਪਰ ਅਪਲਾਈ ਕੀਤਾ ਉਧਰੋਂ ਵੀਜ਼ਾ ਵੀ ਚੱਲ ਤੂੰ ਮੇਰੇ ਕੋਲੇ ਆ ਜਾਏਗਾ ਫਿਰ ਨੀ ਕੋਈ ਪ੍ਰੋਬਲਮ ਮੈਨੂੰ ਕਿਹਾ ਵੀ ਆਪਣਾ ਚੱਲ ਫੈਮਿਲੀ ਨਾਲ ਗੱਲ